ਅੱਜ ਅਸੀਂ ਬਣਾਉਣ ਲੱਗੇ ਹਾਂ ਕੱਦੂ ਦੇ ਕੋਫਤੇ। ਤੁਹਾਨੂੰ ਦੱਸਾਂ ਕਿਸ ਤਰ੍ਹਾਂ ਬਣਾਉਣੇ ਨੇ, ਬੜੇ ਮਜ਼ੇਦਾਰ ਬਣਨਗੇ ਅਤੇ ਬਹੁਤ ਹੀ ਚੰਗੇ ਬਣਨਗੇ। ਰੈਸਪੀ ਬਹੁਤ ਅੱਛੀ ਆ, ਬਹੁਤ ਹੀ ਘੱਟ ਬਣੀ ਹੋਣੀ ਆ, ਇਨਸ਼ਾਅੱਲਾ ਬੜੀ ਮਜ਼ੇਦਾਰ ਬਣਦੀ ਆ। ਅਤੇ ਫਿਰ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲ ਬਣਾਉਣੀ ਆ। ਅਤੇ ਚਲੋ ਫਿਰ ਬਣਾਉਂਦੇ ਹਾਂ। ਅਤੇ ਦੋ ਅਸੀਂ ਲੈ ਲੈਣੇ ਘੇਗੇ, ਅਸੀਂ ਉਹਨੂੰ ਛਿੱਲ ਕੇ ਧੋ ਕੇ ਰੱਖ ਲਿਆ। 1 ਕਿਲੋ ਤਕਰੀਬਨ 1 ਕਿਲੋ ਅਸੀਂ ਲੈ ਲੈਣੇ ਕੋਫਤੇ ਬਣਾਉਣ ਵਾਸਤੇ। ਕੱਦੂ ਨੂੰ ਅਸੀਂ ਕੱਦੂਕਸ਼ ਕਰ ਲਵਾਂਗੇ ਇਸ ਤਰੀਕੇ ਨਾਲ। ਸਾਰਾ ਕੱਦੂ ਅਸੀਂ ਇਸ ਤਰੀਕੇ ਨਾਲ ਕੱਦੂਕਸ਼ ਕਰਕੇ ਰੱਖ ਲਿਆ। ਹੁਣ ਤੁਹਾਨੂੰ ਦੱਸਾਂਗੇ ਇਹਦੇ 'ਚ ਚੀਜ਼ਾਂ ਜਿਹੜੀਆਂ ਪੈਣੀਆਂ ਨੇ ਅਤੇ ਉਹ ਸਾਰੇ ਮਸਾਲੇ। ਸਭ ਤੋਂ ਪਹਿਲੇ ਅਸੀਂ ਪਾਵਾਂਗੇ ਪਿਆਜ਼, ਬਰੀਕ ਬਰੀਕ ਅਸੀਂ ਕੱਟ ਕੇ ਰੱਖ ਲਿਆ ਸੀ 1 ਛੰਨੀ। ਇਹਦੇ 'ਚ ਪਾਵਾਂਗੇ ਹਰਾ ਧਨੀਆ, ਹਰੀਆਂ ਮਿਰਚਾਂ ਬਰੀਕ ਬਰੀਕ ਅਸੀਂ ਕੱਟ ਕੇ ਰੱਖ ਲਏ ਇਸ ਤਰੀਕੇ ਦੀਆਂ। ਦਾਦਰ ਮਿਰਚ ਪਾਵਾਂਗੇ ਇਹਦੇ 'ਚ 2 ਚਮਚ, ਹਲਦੀ ਪਾਵਾਂਗੇ ਛੋਟਾ 1 ਚਮਚ, ਪੀਸੀ ਹੋਈ ਲਾਲ ਮਿਰਚ 1 ਚਮਚ, ਮਸਾਲਾ ਪੀਸਾ ਦਾ ਪਾਵਾਂਗੇ ਅਸੀਂ 1 ਚਮਚ ਭਰ ਕੇ, 1 ਚਮਚ ਪਾਵਾਂਗੇ ਸਾਬਤ ਜ਼ੀਰਾ, ਨਮਕ ਪਾਵਾਂਗੇ 1.5 ਚਮਚ, ਸਾਬਤ ਧਨੀਆ 2 ਚਮਚ, ਸੂਰੀ ਮੇਥੀ ਪਾਵਾਂਗੇ 2 ਚਮਚ। ਮਸਾਲੇ ਸਾਰੇ ਸਾਡੇ ਇਹਦੇ 'ਚ ਪਾਤੇ ਨੇ ਅਸੀਂ, ਇਹਦੇ 'ਚ ਪਾਵਾਂਗੇ ਹੁਣ ਸਭ ਤੋਂ ਐਂਡ 'ਤੇ ਖਾਸ ਚੀਜ਼ ਜਿਹੜੀ ਹੈ ਕੋਫਤੇ ਬਣਾਉਣ ਵਾਲੀ, ਉਹ ਪਾਵਾਂਗੇ ਅਸੀਂ ਬੇਸਣ 1 ਛੰਨੀ ਭਰ ਕੇ ਅਸੀਂ ਲੈ ਲਈਏ ਬੇਸਣ ਦੀ। ਇਸ ਤਰ੍ਹਾਂ ਥੋੜ੍ਹਾ ਥੋੜ੍ਹਾ ਇਹਦੇ 'ਚ ਪਾਵਾਂਗੇ, ਇਹਨੂੰ ਚੰਗੀ ਤਰ੍ਹਾਂ ਮਿਲਾਵਾਂਗੇ ਬਗੈਰ ਪਾਣੀ ਤੋਂ ਹੀ, ਕਿਉਂਕਿ ਕੱਦੂ ਦਾ ਆਪਣਾ ਹੀ ਪਾਣੀ ਜਿਹੜਾ ਉਹਦੇ 'ਚ ਹੀ ਮਿਕਸ ਹੋ ਜਾਣੇ ਨੇ। ਫਿਰ ਇਸ ਤਰੀਕੇ ਨਾਲ ਅਸੀਂ ਕੋਫਤੇ ਬਣਾ ਲੈਣੇ ਗੋਲ ਗੋਲ। ਅਤੇ ਟਰੇ ਅਸੀਂ ਲੈ ਲਈਏ ਇੱਕ, ਉਹਦੇ 'ਚ ਥੋੜ੍ਹਾ ਜਿਹਾ ਬੇਸਣ ਅਸੀਂ ਇਸ ਤਰ੍ਹਾਂ ਖਿਲਾਰ ਲਿਆ, ਕਿਉਂਕਿ ਇਹ ਨਾਲ ਨਾਲ ਜੁੜ ਜਾਣ ਕੋਫਤੇ ਪਲੇਟ ਨਾਲ। ਇਸ ਤਰੀਕੇ ਨਾਲ ਅਸੀਂ ਸਾਰੇ ਬਣਾ ਕੇ ਰੱਖ ਲਵਾਂਗੇ। ਸਾਡੇ ਕੋਫਤੇ ਬਣ ਕੇ ਤਿਆਰ ਹੋ ਗਏ ਨੇ ਬਿਲਕੁਲ। ਇਸ ਤਰੀਕੇ ਨਾਲ ਅਸੀਂ ਥੋੜ੍ਹੀ ਦੇਰ ਇਹਨਾਂ ਨੂੰ 5 ਮਿੰਟ ਤੱਕ ਫਰਿੱਜ ਰੱਖਾਂਗੇ, ਉਸ ਤੋਂ ਬਾਅਦ ਇਹਨੂੰ ਦੱਸਾਂਗੇ ਇਹਨਾਂ ਨੂੰ ਕਿਸ ਤਰ੍ਹਾਂ ਪਕਾਉਣਾ। ਕੜਾਹੀ ਅਸੀਂ ਚੁੱਲ੍ਹੇ 'ਤੇ ਰੱਖ ਦਿੱਤੀ ਆ, ਘਿਓ ਪਾ ਕੇ ਗਰਮ ਹੋ ਗਿਆ ਬਿਲਕੁਲ। ਤੁਹਾਨੂੰ ਕੋਫਤੇ ਤਲਾਂਗੇ ਅਸੀਂ ਇਨਸ਼ਾਅੱਲਾ, ਅਤੇ ਫਿਰ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਬਣਦੇ ਨੇ। ਕੱਦੂ ਦੇ ਕੋਫਤੇ ਸਾਰੇ ਅਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਦੂਸਰਾ ਸਾਈਡ ਪਰਤਾਤੀ ਹੈ। ਮਾਸ਼ਾਅੱਲਾ ਵੇਖੋ ਕਿੰਨੇ ਪਿਆਰੇ ਲਾਲ ਹੋ ਗਏ ਨੇ। ਇਸ ਤਰੀਕੇ ਨਾਲ ਸਾਰੇ ਅਸੀਂ ਬਣਾ ਕੇ ਰੱਖ ਲਵਾਂਗੇ। ਸਾਡੇ ਕੋਫਤੇ ਬਿਲਕੁਲ ਲਾਲ ਹੋ ਗਏ ਨੇ, ਤਿਆਰ ਹੋ ਗਏ ਨੇ, ਅਸੀਂ ਕੱਢ ਕੇ ਸਾਰੇ ਰੱਖ ਲਏ ਨੇ। ਕੋਫਤੇ ਜਿਹਦੇ 'ਚ ਅਸੀਂ ਤਲੇ ਨੇ ਉਹੀ ਘਿਓ ਸਾਡਾ ਜ਼ਾਇਆ ਨਹੀਂ ਹੋਏਗਾ, ਉਹਦੇ 'ਚ ਅਸੀਂ ਮਸਾਲਾ ਬਣਾ ਲਵਾਂਗੇ। ਉਹ ਜਿਹੜਾ ਸਾਡਾ ਹੈ ਉਹਦੇ 'ਚ ਅਸੀਂ ਪਿਆਜ਼ ਪਾ ਦਾਂਗੇ ਕੱਟਿਆ ਦਾ। ਸਾਡਾ ਬਰਾਊਨ ਹੋ ਗਿਆ, ਇਹਦੇ 'ਚ ਅਸੀਂ ਪਾਵਾਂਗੇ ਕੁਛ ਮਸਾਲੇ। 2 ਪਾਵਾਂਗੇ ਅਸੀਂ ਛੋਟੇ ਛੋਟੇ ਤੇਜ਼ ਪੱਤੇ, ਦਾਲਚੀਨੀ, ਇਲਾਚੀ, ਇਹ ਫੁੱਲ ਵਾਲਾ ਜਿਹੜਾ ਫੁੱਲ ਵਾਲੀ ਇਲਾਚੀ ਇੱਕ ਹੁੰਦੀ ਹੈ ਮਸਾਲੇ ਦੇ ਵਿੱਚ ਉਹ ਵਾਲੀ, ਸਬਜ਼ ਇਲਾਚੀ 1 ਤੋਂ 2 ਲੌਂਗ, ਕਾਲੀਆਂ ਮਿਰਚਾਂ 5-7, ਇਹ 1 ਚਮਚ ਪਾਵਾਂਗੇ ਸਾਬਤ ਜ਼ੀਰਾ। ਇਹਦੇ ਨਾਲ ਕੀ ਹੋਏਗਾ, ਬੜੀ ਅੱਛੀ ਖੁਸ਼ਬੂ ਆਏਗੀ ਸਾਲਣ 'ਚੋਂ। ਹੁਣ ਇਹਦੇ 'ਚ ਪਾਵਾਂਗੇ ਅਸੀਂ 1 ਚਮਚ ਭਰ ਕੇ ਅਦਰਕ ਲਸਣ ਦਾ ਪੇਸਟ, ਮਸਾਲੇ, ਥੋੜ੍ਹਾ ਜਿਹਾ ਪਾਣੀ ਪਾਵਾਂਗੇ ਪਹਿਲੇ, ਭਰ ਕੇ ਪਾਵਾਂਗੇ ਅਸੀਂ ਦਾਦਰ ਮਿਰਚ 1 ਚਮਚ ਭਰ ਕੇ ਪਾਵਾਂਗੇ, ਪੀਸੀ ਹੋਈ ਲਾਲ ਮਿਰਚ, ਹਲਦੀ ਪਾਊਡਰ ਪਾਵਾਂਗੇ ਛੋਟੀ 1 ਚਮਚ, ਨਮਕ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਪਾ ਸਕਦੇ ਹੋ।
ਤੇ ਅਸੀਂ ਪਾ ਦਾਂਗੇ 1.5 ਚਮਚ ਨਮਕ ਦਾ, ਤੇ ਸਾਡੇ ਕੋਫਤਿਆਂ 'ਚ ਵੀ ਨਮਕ ਹੈਗਾ। ਦੋ ਤੋਂ ਤਿੰਨ ਟਮਾਟਰ ਅਸੀਂ ਕੱਟ ਕੇ ਪਾ ਦਾਂਗੇ, ਸਾਨੂੰ ਬਰੀਕ ਬਰੀਕ ਚੰਗੀ ਤਰ੍ਹਾਂ ਮਸਾਲਾ ਅਸੀਂ ਭੁੰਨਾਂਗੇ। 2-3 ਮਿੰਟ 'ਚ ਭੁੰਨਾਂਗੇ ਸਾਡਾ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਜਾਵੇ, ਲਾਲ ਹੋ ਜਾਵੇ। ਪਾਵਾਂਗੇ ਇਹਦੇ 'ਚ ਕਸੂਰੀ ਮੇਥੀ 1 ਚਮਚ ਭਰ ਕੇ, ਇਹਦੇ 'ਚ 1 ਚਮਚ ਭਰ ਕੇ ਸਾਬਤ ਧਨੀਆ ਪਿਸਾ ਹੋਇਆ ਗਰਮ ਮਸਾਲਾ 1 ਚਮਚ, ਸਾਡਾ ਮਸਾਲਾ ਬਿਲਕੁਲ ਭੁੰਨਿਆ ਗਿਆ। ਦੇਖੋ ਕਿੰਨਾ ਸੋਹਣਾ ਇਹਨੇ ਘਿਓ ਵੀ ਛੱਡ ਦਿੱਤਾ। ਇਹਦੇ 'ਚ ਪਾਵਾਂਗੇ ਅਸੀਂ ਪਾਣੀ, ਪਾਣੀ ਪਾਵਾਂਗੇ ਅਸੀਂ ਇੰਨਾ ਕੁ ਜਿੰਨਾ ਕੁ ਸਾਨੂੰ ਜ਼ਰੂਰਤ ਹੈ ਪਾਣੀ ਦੀ। ਇਹਨੂੰ ਢੱਕਣਾ ਦੇ ਕੇ ਕਵਰ ਕਰ ਦਾਂਗੇ ਪੱਕਣ ਵਾਸਤੇ, ਪਾਣੀ ਨੂੰ 2-3 ਉਬਾਲ ਆ ਜਾਣ, ਉਸ ਤੋਂ ਬਾਅਦ ਅਸੀਂ ਜਿਹੜੇ ਪੱਕੇ ਕੋਫਤੇ ਨੇ ਉਹਦੇ 'ਚ ਰੱਖਾਂਗੇ। ਢੱਕਣਾ ਚੁੱਕ ਕੇ ਚੈੱਕ ਕਰਾਂਗੇ ਅਸੀਂ, 2-3 ਉਬਾਲ ਪਾਣੀ ਨੂੰ ਆ ਗਏ ਨੇ। ਮਾਸ਼ਾਅੱਲਾ ਦੇਖੋ ਇੰਨਾ ਪਿਆਰਾ ਕਲਰ ਹੋ ਗਿਆ, ਘੀ ਵੀ ਛੱਡ ਦਿੱਤਾ, ਪਾਣੀ ਸਾਡਾ ਚੰਗੀ ਤਰ੍ਹਾਂ ਪੱਕ ਗਿਆ। ਹੁਣ ਅਸੀਂ ਕੀ ਕਰਾਂਗੇ ਇਹਦੇ 'ਚ ਜਿਹੜੇ ਕੋਫਤੇ ਬਣਾ ਕੇ ਰੱਖੇ ਦੇ ਨੇ, ਕੱਦੂ ਦੇ ਜਿਹੜੇ ਕੋਫਤੇ ਬਣਾਏ ਸੀ, ਉਹ ਅਸੀਂ ਇਹਦੇ 'ਚ ਇੱਕ ਇੱਕ ਕਰਕੇ ਇਸ ਤਰੀਕੇ ਨਾਲ ਸਾਰੇ ਰੱਖ ਦੇਵਾਂਗੇ। ਇਹਦੇ 'ਚ ਹੁਣ ਪਾ ਦੇਵਾਂਗੇ ਅਸੀਂ ਹਰੀਆਂ ਮਿਰਚਾਂ ਅੰਡੇ ਦੇ ਉੱਤੇ। ਲਓ ਜੀ ਸਾਡਾ ਕੋਫਤਿਆਂ ਦਾ ਸਾਲਨ ਬਿਲਕੁਲ ਤਿਆਰ ਹੋ ਗਿਆ, ਮਜ਼ੇਦਾਰ ਹੋ ਗਿਆ। ਇਹਨੂੰ ਅਸੀਂ ਦਮ 'ਚ ਰੱਖਾਂਗੇ 2-3 ਮਿੰਟ ਬਸ। ਮਾਸ਼ਾਅੱਲਾ ਸਾਡੇ ਕੱਦੂ ਦੇ ਕੋਫਤੇ ਬਿਲਕੁਲ ਬਣ ਕੇ ਤਿਆਰ ਹੋ ਗਏ ਨੇ। ਵੇਖ ਸਕਦੇ ਹੋ ਤੁਸੀਂ ਕਿੰਨੇ ਮਜ਼ੇਦਾਰ ਰੈਸਪੀ ਬਣੀ ਆ, ਬੜੀ ਮਿਹਨਤ ਨਾਲ ਮੈਂ ਬਣਾਈ ਆ, 1.5 ਘੰਟਾ ਮੈਨੂੰ ਲੱਗਾ ਇਹਦੇ 'ਚ ਬਣਾਉਣ ਵਿੱਚ। ਅਤੇ ਫਿਰ ਜੇ ਪਸੰਦ ਆਈ ਹੋਏ ਸਾਨੂੰ ਫੋਲੋ ਕਰ ਦੇਣਾ, ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ ਅਤੇ ਬੈਲ 'ਤੇ ਹੱਥ ਮਾਰ ਦੇਣਾ। ਫਿਰ ਮਿਲਾਂਗੇ ਨਵੀਂ ਡਿਸ਼ ਨਾਲ। ਅਸਲਾਮ ਵਾਲੇਕੁਮ।